ਮੈਸੋਇਤ ਇੱਕ ਇੱਕ ਆਦਮੀ ਜ਼ਰੂਰ ਤਰੀ ਪੜੋ ਤਾਂ ਦੇਖਾਂ ਹਮ ਸਾਰਾ ਇੱਕ ਹੀ ਜ਼ਰੂਰ ਪੜਾਂ ਕਿ ਨਾ ਹਮਨੂੰ ਜਾਤੀ ਨਹੀਂ ਆਤੀ ਕਹਤੇ ਹੋ ਗਈ ਜੋ ਇੱਕ ਰੂਟੀਨ ਕਵੇ ਤਾਂ ਗੱਲ ਬਣਾਈ ਵੀ ਹਾਂ ਜੀ ਆ ਗਿਆ ਮੇਰਾ ਮਰੀਜ਼ 2 ਰੁਪਈਆ ਦਿੱਤਾ ਹੱਥ ਸਲਾਮ ਪਹਿਲਾਂ ਇਨਸਾਨ ਬਣੋ ਇਨਸਾਨੀਅਤ ਸਿੱਖੋ ਔਰ ਇਨਸਾਨੀਅਤ ਕੇ ਵਿੱਚ ਅੱਗੇ ਕਦਮ ਉਠਾਓ ਅਗਰ ਤੁਮ ਉਸ ਕੇ ਕਦਮ ਉਠਾਉਣ ਦੇ ਕਾਸਰ ਤੇ ਚਲੇਗਾ ਕਿਸ ਕੁਦਰਤ ਅੱਲਾ ਸ਼ਹਾਬ ਇਸ ਜੰਮੂ ਕੋ ਥੋ ਫਿਰ ਉਹ ਹਿੰਦੁਸਤਾਨ ਪਾਕਿਸਤਾਨ ਕੇ ਵਿੱਚ ਬੜੋ ਆਦਮੀ ਇਲਮ ਨਾਲ ਅਮਲ ਨਾਲ ਇਤਨਾ ਹੋਇਆ ਕਿ ਪਾਕਿਸਤਾਨ ਕਾ ਸਦਰ ਯੂਪ ਜਿਹਾ ਉਸਕੇ ਅੱਗੇ ਝੁਕ ਗਿਆ ਲੇਕਿਨ ਉਹ ਇੱਕ ਮਾਰਗਾ ਵੀ ਫਤਿਹ ਖੇਡਣ ਦਾ ਇੱਕ ਜਾਤਕ ਕੇ ਨਾਲ ਹਿੰਦੂ ਕੇ ਨਾਲ ਉਸਕੀ ਦੋਸਤੀ ਸੀ ਇਸ ਜਗ੍ਹਾ ਕੇ ਬੇਟ ਐਸਾ ਕਿ ਬਿਮਾਰੀ ਸੀ ਮਾਂ ਲੈ ਕੇ ਨੱਠੀ ਸਿਆਲਕੋਟ ਚਲੀ ਗਈ ਉਸ ਵੇਲੇ ਅਮਨ ਕੋ ਜ਼ਮਾਨਾ ਤਾਂ ਮਦਰਸਾ ਤੇ 8-9 ਮੀਲ ਦੂਰ ਯੋ ਪੈਦਲ ਕਿਤਾਬ ਚਾ ਕੇ ਤੇ ਮਦਰਸਾ ਕੇ ਵਿੱਚ ਆਵਤ 8-9 ਮੀਲ ਰਾਤ ਮੁੜ ਕੇ ਦੇ ਇੱਕ ਹਿੰਦੂ ਲੜਕਾ ਕੇ ਨਾਲ ਉਸਕੀ ਦੋਸਤੀ ਹੋ ਗਈ ਉਹ ਫਗਵਾੜੇ ਤਰਲੇ ਪਾਸੇ ਪੰਜਾਬ ਕੋ ਵਾਕਿਆ ਕਿਤਾਬ ਭਰੀ ਹੋਈ ਹੈ ਸਕੂਲ ਤੇ ਵਾਪਸ ਹੋਇਆ ਜਿਸ ਤਰ੍ਹਾਂ ਮਦਰਸਾ ਦਾ ਸੰਗੀ ਖੇਡਦਾ ਚੜਦਾ ਚੱਲੇ ਉਹ ਤੇ ਪੁਲ ਕੇ ਇਸ ਪਾਸੇ ਇੱਕ ਫਕੀਰ ਬੈਠੋ ਉਹ ਫਕੀਰ ਦਿਓ ਦਿਓ ਕੁਛ ਇਹ ਵੀ ਉਸਨੂੰ ਸਤਾਉਣ ਵਾਸਤੇ ਕਿਵੇਂ ਸਾਲਿਆ ਤੂੰ ਤੇ ਹੁਕੂਮਠੀਆਂ ਛੱਡੀਆਂ ਦੇ ਦੋ ਪੈਸਾ ਜਾਂ ਕੁਝ ਤੇ ਇਹ ਚਲੇ ਦੇਣ ਇਹ ਉਸੇ ਮਠਿਆਈ ਲੈ ਕੇ ਚੱਲਣ ਲਗਾ ਤਾਂ ਉਸਦੀ ਕਿਹੋ ਤੁਮ ਬਚਿਓ ਹੋਸ਼ ਨਹੀਂ ਕਰਦਾ ਫੇਰੀਓ ਕਿਸੇ ਮੁਸੀਬਤ ਦੇ ਫਤਿਹ ਇਹਨੂੰ ਉਸਦਾ ਵੀ ਮਾਹੌਲ ਕੀ ਆ ਨਿਕਲ ਗਏ ਇਸ ਪੁਲ ਦਾ ਕਿਨਾਰਾ ਪੁਰ ਗਿਆ ਤੇ ਉਹ ਦੋ ਹੋਰ ਹਿੰਦੂ ਖੇਡਣ ਉਹਨਾਂ ਨੇ ਸੰਗੀਆਂ ਨੂੰ ਪੁੱਛਿਆ ਧਮਕੇ ਤਾਂ ਕਿ ਇੱਥੋਂ ਕਿਉਂ ਮੁਕਤ ਉਸਦੇ ਕੋਲ ਗਿਆ ਤਾਂ ਉਦੋਂ ਮਠਿਆਈ ਆਣੀ ਉਦੋਂ ਇੱਥੇ ਕੀ ਉਹ ਕੈਫੀਅਤ ਬਿਆਨ ਕੀ ਹਾਂ ਮਠਿਆਈ ਹਮ ਨਾ ਮਿਲੀ ਉਹਨੇ ਕਿਹਾ ਤਾਂ ਮੈਂ ਦੂੰ ਇਹ ਖੁਦਾ ਕਾ ਨਾ ਕੀ ਮਠਿਆਈ ਹੈ ਤੁਮ ਕਿਸ ਤਰ੍ਹਾਂ ਦੇ ਜੋ ਹੈਰਾਨ ਹੋ ਗਏ ਇਨਕੀ ਆਪ ਮਤੂ ਮੈਂ ਲਗੀ ਤੇ ਇਨਕੋ ਇਸਕੋ ਇੱਕ ਬੜੋ ਪਿਆਰੋ ਸੰਗੀ ਦੋ ਉਹ ਚਾਹ ਕੇ ਉਸਨੇ ਪੋਲਕਾ ਪਰ ਮਾਰੇ ਉੱਤੇ ਮਰ ਗਏ ਹਾਂ ਜ਼ੂਰ ਸੱਲਾ ਅਲੈ ਸਲਮ ਕਾ ਨਾਮ ਕੇ ਪੁਰ ਗੁਸਤਖੀ ਕੀ ਹੈ ਉਸ ਜਮਾ ਹੋ ਗਈ ਲੋਕ ਜਮਾ ਹੋ ਗਿਆ
ਲਾਸ਼ ਹੈ ਇਹ ਦੋਏ ਇੱਕ ਦੂਜਾ ਦਾ ਮੂੰਹ ਵਿੱਚੋਂ ਕੱਢ ਕੇ ਕਹਿੰਦਾ ਇਹਨਾਂ ਨੇ ਕਿਹਾ ਇਹ ਮਰ ਗਿਆ। ਖੈਰ ਪੁਲਿਸ ਆ ਗਈ, ਮੁਕਦਮਾ ਕਰਨ ਲੱਗਾ, ਦੇਖੋ ਜੀ ਵਾਰਸ ਵੀ ਆ ਗਏ, ਇਸ ਲੜਕਾ ਮਾਰਿਆ ਹੋਰ ਹਿੰਦੂ ਥਾ। ਪੁਲਿਸ ਨੂੰ ਖਿਆਲ ਪਿਆ ਹਿੰਦੂ ਮੁਸਲਿਮ ਫਸਾਦ ਨੂੰ ਹੁੰਦਾ ਲਗਾ ਇਸ ਪੈਰਾਂ ਵਿੱਚ। ਉਸ ਹਿੰਦੂ ਨੇ ਪੁੱਛਿਆ ਬਈ ਮੇਰਾ ਲੜਕਾ ਨੇ ਕਿਸਨੇ ਮਾਰੇ ਹੋ? ਅੱਗੇ ਇਸਨੇ ਕੁਦਰਤੁੱਲਾ ਸਾਹਿਬ ਨੇ। ਕੁਦਰਤੁੱਲਾ ਸਾਹਿਬ ਨੇ ਵੀ ਕਿਹਾ ਹਾਂ ਮੈਂ ਮਾਰੇ ਹੋਏ, ਜੋ ਗੁੱਸਾ ਖੇ ਰਸੂਲ ਹੈ। ਉਸਨੇ ਕਿਹਾ ਮੇਰੇ ਅੱਗੇ ਕੈਫੀਅਤ ਕਰੋ ਲਾਸ਼ ਨੂੰ ਉੱਤੇ ਦੇਣ ਦੀ। ਜਿਸ ਵੇਲੇ ਕੈਫੀਅਤ ਦੇਣ ਗਈ ਤੇ ਉਸਨੇ ਪੁਲਿਸ ਨੂੰ ਕਿਹਾ ਤੁਮ ਵਾਪਸ ਆਓ। ਤੁਮ ਵਾਪਸ ਜਾਓ, ਮੈਂ ਖੂਨ ਬਖ ਚੁੜਿਆ ਇਹਨੂੰ। ਜਿਸ ਕੀ ਖੁਦਾ ਮੰਨਣਾ ਹੈ ਉਸਨੇ ਖਿਲਾਫ਼ ਗੱਲ ਕਰਨੀ ਸੀ, ਮਾਰਨਾ ਪੈਂਦੀ ਸੀ ਕਿ ਪੈਂਦਾ। ਬੜਾ ਜਜ਼ਬਾਤੀ ਮੁਸਲਮਾਨ, ਲੇਕਿਨ ਤੁਹਾਨੂੰ ਉਹ ਪਤਾ ਨਹੀਂ ਕਿ ਇੱਕ ਤਰੀਕਾ ਕੇ ਨਾਲ ਦਿਨ ਵਿੱਚ ਤੁਹਾਨੂੰ 5 ਵਾਰ ਇਮਤਿਹਾਨ ਹੋਇਆ। ਔਰ ਇੱਕ ਤਰੀਕਾ ਕੇ ਨਾਲ ਹਰ ਸਾਹ ਕਾ ਆਉਣ ਨਾਲ ਤੇ ਡਾਉਣ ਨਾਲ ਤੁਹਾਨੂੰ ਇਮਤਿਹਾਨ ਹੈ। ਰੂਦ ਰੂਦ ਕੇ ਨਨ ਸਭ ਤੇ ਸਾਨੂੰ ਆਪੋ ਆਪਣੇ ਘਰ ਨੂੰ ਤੇਰਾ ਰੂਹ ਮੁਹੰਮਦ ਬਖਸ਼ਾ ਤੱਕ ਸੀ ਕਿਹੜੇ ਦਰ ਨਾ ਕਰ ਚੜੇ ਨਾ ਥੁੱਕ ਡਿੱਠੇ ਨਾ ਕੁਝ ਘਟੀ ਘਟੀ ਨਹੀਂ ਕਿਸੇ ਵੱਲ ਲੈਣਾ ਕੋਈ ਨਾ ਛੱਡ ਚਲੇ ਤ੍ਰਿਟੀ ਜੋ ਕੁਝ ਆਇਆ ਸੋ ਮੂੰਹ ਪਾਇਆ ਤੜੀ ਰਿਕਾ ਵੀ ਚੱਟੀ ਖਾਲੀ ਹੱਥ ਮੁਹੰਮਦ ਬਖਸ਼ਾ ਟੁਰੀ ਨਿਕਾਤੀ ਲੋਕ ਰੂਦ ਰੂਦ ਕੇ ਨਨ ਸਭ ਦਾ ਸਨ ਆਪੋ ਆਪਣੇ ਘਰ ਤੇ ਜਸੀ ਰੂ ਮੁਹੰਮਦ ਤੇਰਾ ਪੀਰ ਸਤੇ ਦੇ ਦਰਸੇ। ਭਾਈ ਅਗਰ ਸੱਚ ਕੀ ਗੱਲ ਪੁੱਛੇ ਤੇ ਤਾਰਾ ਤੇ ਕੋਈ ਸਿੱਖਣਾ ਚਾਹੀਏ ਕਿ ਇਹ ਜਾਇਲ ਹੈ? ਜਾਇਲੀਅਤ ਤੇ ਕੁਝ ਹਾਸਲ ਹੋ ਜਾਏਗਾ, ਪਰ ਨਾ ਇੱਕ ਤੁਮ ਸਾਰਾ ਵੇ ਜਿਹੜਾ 5 ਨਮਾਜ਼ੀ ਹੈ ਇੱਕ ਸਾਰਾ ਵੇ ਤੁਮ ਜਿਹੜਾ ਅੱਲਾਹ ਦਾ ਰਾਹ ਕੇ ਵਿੱਚ ਇੱਕ ਤਿੰਨ ਕੋ ਖੈਰਾਤ ਤੇ ਆਟਾ ਗਈ ਇੱਕ ਝੂੰਡੀ ਦੇ ਮਾਂ ਧੀ ਕੋ ਧੀ ਮਾਂ ਕੋ ਅਦਬ ਕਰੇ ਪੂਤ ਬਾਪ ਕੋ ਬਹੁਤ ਬਾਪ ਪੂਤ ਕੋ ਅਦਬ ਕਰੇ ਪਿਆਰ ਕਰੇ ਖਲੂਸ ਕਰੇ ਤੇ ਅਗਰ ਆਪਣਾ ਦਿਲ ਨਾ ਹਮ ਸੋਚਣ ਤੇ ਕੁਝ ਵੀ ਕੁਝ ਵੀ ਫਲਾਣਾ ਚਿਟਕਾਪੜੀਓ ਆ ਗਏ ਫਲਾਣਾ ਸਵਾ ਚੀੜਾ ਲਗਾ ਹੋ ਆ ਗਿਆ ਪਾਰੂ ਆਏ ਚਾਰ ਪਲੰਘ ਪਤਾ ਨੀ ਕੇ ਇੱਕੋ ਜਿਹੇ ਰੰਗ ਫਿਰ ਕੇ ਸ਼ੈਤਾਨਾ ਦੇ ਇਹਨਾਂ ਦੇ ਢੰਗ ਇਨਸਾਨ ਦੇਖੇ ਇਨਸਾਨ ਸਮਝੇ ਮੇਰੀ ਜਾਤ ਗੁਜ਼ਰ ਗਈ ਹੂੰ ਆਤੀ ਸੁਭਾਗੇ ਵਿੱਚ ਇੱਕ 9 ਵਾਰ ਦੋ ਮੈਂ ਅਗਾਤੇ ਕੰਮ ਕਰਨਾ ਹੋਏ
ਮੈਂ ਨਮਾਜ਼ ਪੜ੍ਹਨੀ ਹੈ, ਮੈਂ ਵੁਜ਼ੂ ਕਰਨਾ ਹੈ, ਮੈਂ ਚਾਹ ਪੀਣੀ ਹੈ, ਮੈਂ ਕਾਰੋਬਾਰ ਕਰਨਾ, ਇਹ ਲਿਖੀ ਮੇਨ ਦਰਖਾਸਤ। ਹਮ ਗਰੀਬ ਮਾਰ ਮਾਈਓ ਦਿਓ। ਇੱਕ ਅੰਗਾ ਕਾ ਨਾਲ ਵੀ ਨਾ ਖੁਦਾ ਉੱਠ ਕੇ ਜਾ ਕੇ ਟੁਕੜਾ ਖਾਏ, ਇੱਕ ਨਾ ਮੈਂ ਖੁਦਾ ਪਾ ਕੇ ਹਾਂ ਆ ਰੋਟੀ ਖਾ, ਨਹੀਂ ਉੱਥੇ ਕਿਉਂ ਰੱਬ ਲਾਲ ਮੀਨ ਤੰਕੀਆਂ ਫਿਰੇ ਤਮਕੇ ਟੁੰਡੇ ਕੁਛ ਇਸ ਨਾਲ ਨਹੀਂ ਦੱਸੋ ਕੁਛ ਹੋਰ ਸ਼ੈ ਹੈ ਮੁਹੱਬਤ ਨਹੀਂ ਸਿਖਾਤੀ ਥੀ ਜੋ ਗਜ਼ਨਬੀ ਕੋਈ ਅਸੀਂ ਇਸ ਵਾਸਤੇ ਮੇਰਾ ਹੂੰ ਬਲ ਨਹੀਂ ਵਰਨਾ ਮੇਰਾ ਕੰਮ ਨਾ ਕਹਿਣ ਵਾਸਤੇ ਬੜਾ ਦਿਲ ਵਿੱਚ ਖਿਆਲ ਹੋਵੇ ਲੇਕਿਨ ਡਰ ਵੀ ਲੱਗੇ ਕਿ ਸੱਚ ਕੇ ਉਹਨੇ ਪਤਾ ਨਹੀਂ ਤਾਂ ਮੈਨੂੰ ਕਿਹੜੀ ਤਾਕੀ ਤਲੇ ਸੁੱਟੇਗਾ ਕੋਈ ਖੁਦਾ ਕੇ ਨੇੜੇ ਜਾਣ ਕੀ ਗੱਲ ਕਰੋ ਕੋਈ ਖੁਦਾ ਨਾਲ ਰਾਜ਼ੀ ਕਰਨ ਕੀ ਗੱਲ ਕਰੋ ਤੁਮ ਕਿਸੇ ਢੇਰ ਪਰ ਚੜਿਆ ਵਾ ਖੁਦਾ ਕੋ ਸਿਰ ਦੱਸੋ ਜੋ ਕਿਸੋ ਰਹਿਮਾਨ ਕੋ ਤੇ ਸ਼ੈਤਾਨ ਕੋ ਹੋਏ ਬੰਦਾ ਇਨਸਾਨ ਕੋ ਤੋ ਰਹਿਮਾਨ ਕੋ ਕਾ ਦੋ ਲਿਹਾਜ਼ਾ ਮੇਰੀ ਇਹਨਾਂ ਗੱਲਾਂ ਤੇ ਕੌੜੀ ਹੈ ਮਿੱਠੀ ਹੈ ਕੁਝ ਨੀਤ ਨਾ ਮਾਲਕ ਵੋ ਹੈ ਮੈਨੂੰ ਵੀ ਮਜ਼ਦੂਰੀ ਦੇਵੋ ਤੁਮਨਾ ਵੀ ਲੇਕਿਨ ਤਾਂ ਮੇਰੀ ਇਨ ਗੱਲਾਂ ਨਾ ਦਿਲ ਮਾ ਦੇ ਜਾਓ ਦਿਲ ਮੋਹੋ ਐਦ ਕਰੋ ਹਮ ਵੀ ਮਾਰੀ ਨੌਜਵਾਨ ਬੇਟਕੇ ਵੀ ਬੀਵੀ ਵੀ ਬੁਢੇੜੇ ਵੀ ਨਮਾਜ਼ ਤੋਂ ਬਗੈਰ ਨਹੀਂ ਦੇ ਤੁਮ ਜਿਸ ਉਸਕਾ ਪੈਰੋਂ ਮੈਂ ਚੜ ਗਿਆ ਤੇ ਤੁਮ ਰੁਕੂ ਭੇਜਾਂਗਾ ਤੇ ਕਹੇਗਾ ਸੁਭਾਨ ਰੱਬੀ ਅਲਅਜ਼ੀਮ ਸੁਭਾਨ ਰੱਬੀ ਅਲਅਜ਼ੀਮ ਕੀ ਹੈ ਤਰਜਮੋ ਅੱਲਾਹ ਤੁਬਾਰਕ ਵਾ ਤਾਲਾ ਅਜ਼ੀਮ ਹੈ ਬੜੋ ਹੈ ਮਿਹਰਬਾਨ ਹੈ ਫਿਰ ਸਮੀ ਅੱਲਾਹ ਲਿਮਨ ਹਮੀਦਾ ਇਸਕੋ ਕੇ ਮਾਨੋ ਅੱਲਾਹ ਤੁਬਾਰਕ ਵਾ ਤਾਲਾ ਕੀ ਸੁਣ ਲਿਓ ਜੋ ਕੋਈ ਤੇ ਬਿਆਨ ਕੀਓ ਇੱਥੇ ਮੌਲਵੀ ਸਾਹਿਬ ਕੋਈ ਫਟਕੀ ਫੁੱਲ ਹੋ ਜਾਏ ਸੁਬਹਾਨ ਰੱਬੀ ਅਲਅਜ਼ੀਮ ਕਾਇਨਾਤ ਕੇ ਬੇਟਾ ਬੋਲਦੇ ਆਖਰ ਜ਼ਮੀਨ ਤੇ ਆਸਮਾਨ ਆਸਮਾਨ ਤੇ ਜ਼ਮੀਨ ਦਖਤਸਰਾ ਤੱਕ ਮੇਰਾ ਮਾਲਕ ਹੈ ਜਿਹੜਾ ਉਹ ਅਜ਼ੀਮ ਤੱਕ ਤਾਂ ਉਹ ਅਜ਼ੀਮ ਤੱਕ ਤਾਂ ਤੇ ਜਿਸ ਉਹਨਾਂ ਵਿੱਚ ਬਾਰਗਾਹ ਇਲਾਹੀ ਤੇ ਹੁਕਮ ਹੋਵੇ ਸਮੇ ਅੱਲਾਹੁ ਲਿਮਨ ਹਮੀਦਾ ਜੋ ਕੁਛ ਤੇ ਕੀਓ ਕਿਹਾ ਮੈਂ ਸੁਣ ਲਈਓ ਜੋ ਸ਼ੁਕਰਾਨਾ ਗਾ ਸਹੀ ਦਾਬੇ ਗਿਰਦਾ ਹੈ ਜਿਸ ਵਕਤ ਗਿਰਦਾ ਹੈ ਤੇ ਜੋ ਉੱਠੇ ਯੋ ਕਹਿ ਤਾਹੀਆ ਤੋ ਲੀਲਾ ਹੈ ਵਖਦਾ ਵਾ ਤੋ ਇਹ ਬਾਤ ਮੌਲਾ ਕਰੀਮ ਤੇ ਹੁਕਮ ਅਸਲਾਮ ਲੈਣਾ ਵਾਲਾ ਇਬਾਦ ਅੱਲਾ ਹੈ ਸਾਲਿਹੀਨ ਕ
کیوں کہ یہ مولوی ہیں اور بھی مولوی ہیں کیوں کہ مالک یوم الدین ہوں مالک ہوں آج کو جو چاہوں سو کروں یا کا نابود ہوں وائی یا کا نستعین ہوں تیری عبادت کروں تیرا عظمت دوں یہ مولوی کہیں کسی سے مدد نہ مانگ ہوں تیرا عظمت مانگوں اے خدا وا مدد کہیں ہوں جڑی تیرا تے مدد منگو وا مدد کے یا گانو سائن اے دے نصر عبد المستقیم مدد ہے میں نصر دو راز دس تے یوسف دو را کے ہے صراط الذین انعمت علیہم وہ راستہ جنا دو کو مرتے ہیں نام کیے بے نام کی ہوا کون ہے وہ شہداء ہیں انبیاء ہیں اولیاء ہیں نیک صالحین ہیں شہداء کو نہ اس واسطے لیو کہ قابیل نے اپنا بھائی حابیل نہ شہید کیے تو ان کو بڑا درد ہو تو نہیں کہیں گے بھائی لہذا پہلا ان کو نہ آئے ہو بچھوتا غیر مغضوب علیہم بچائیے ہم نہ قاتلان تے ظالمان تے کون ہے قابیل او خدا کے بندے ہو بھائی اس مجلس وچ کتنا آدمی ہے جنہوں نے یہ گل سہی ہے ذرا دسو تے اگر صحیح ہے تو نہیں دستا تے تارا جو وکیل کون ہے تے جے مکئی کو پاروں کو آٹوں کو کی کو دودھ کو کوئی کاروبار کر کے چار پیسہ تھا قرآن شریف پانے ہوں وہ کن ٹنگ چھوڑے ہو تو پھر کہ قرآن پاک میں کن ٹنگ چھوڑے کیسے گناہ چھوڑے ایک جے تو سینیا رہے بجاڑ موگلا ماں موگلا ہے موگلا ہے موگلے او تم بیٹھا ہوتا ہے اس طرح کوئی جھر کو تھلکو ایک ضعیف عمر کوئی سو سال ہو یا اس سے بھی کچھ اوپر ہندو چاہ کے آنے ہو جی بابا جی بہت ہی جیتا ہے جی بابا جی وہ اس طرح شرک پر بسالے ہو کے ہم چار پانچ سو آدمی ہیں کوئی جھر کو ہے کوئی کے ہے لگا وہاں انہاں بکرانا بچے کن کسی نے کیا ان کا سو کروں لیکن نہ ہوں تو منہ قسم نہیں دے تو کیوں بابا نہیں دیتا میں کیا تم سچ نہیں کہتا قرآن پاک سچا بالکل لیکن صبح کتنا آدمی ہے نے گھر میں قرآن پاک کھول کے دیکھے چپ ہو گیا میں کہ جس قرآن پاک نہ تم کھول کے نہیں دیکھتا اس کی کسی گل پر عمل نہیں کرتا اس نے کہ اس وجہ کیوں کہ ہم کروائیں قرآن پاک کرا لا جواب ہو گیا
ਉਸਨਾਂ ਕਿਹਾ ਉਹ ਭਾਈਓ ਮੈਂ ਮਰਨੇ ਕੋਲ ਮੈਂ ਸਿੰਗਾਪੁਰ ਦੀ ਫਲਾਣੀ ਜਗ੍ਹਾ ਅੰਗਰੇਜ਼ਾਂ ਦੀ ਫੌਜ ਵਿੱਚ ਮੁਲਾਜ਼ਮ ਸਾਂ ਮੈਂ ਜੰਗ ਵਾਸਤੇ ਵੀ ਗਿਆ ਤੇ ਮੈਂ ਤੁਸਾਂ ਕੀ ਗੱਲ ਦੱਸਣ ਜਰਮਨ ਵਾਰ ਕੇ ਵਿੱਚ ਮਾਰੋ ਕੈਂਪ ਤੋਂ ਸਿੰਗਾਪੁਰ ਉਥੇ ਨਾ ਬ੍ਰਿਗੇਡੀਅਰ ਸੀ ਖੁਦਾ ਬਖਸ਼ ਤੇ ਪਤਾ ਹੋਈ ਅਸਾਂ ਨੀ ਤੇ ਹੁਕਮ ਹੋਇਆ ਫੌਜ ਨਾਲ ਕਿ ਤੁਸੀਂ ਛੁੱਟੀ ਜਾਓ ਅਮਨ ਸਾਰਨ ਤਿਆਰੀ ਕੀ ਹਰ ਤੰਬੂ ਗਏ ਦੋ ਸਿਪਾਹੀ ਇੱਕ ਸਿਪਾਹੀ ਨੇ ਦੂਜਾ ਸਿਪਾਹੀ ਦੀ ਚੋਰੀ ਕਰੀ ਉਸਨੇ ਚਲਦਾ ਵੇਲੇ ਦੇਖਿਆ ਤਾਂ ਉਸਨੇ ਕਿਹਾ ਭਾਈ ਮੇਰੀ ਚੋਰੀ ਹੋਈ ਵੀ ਹੈ ਤਹਿਕੀਕਾਤ ਲੱਗੀ ਸਭ ਤੋਂ ਬੜਾ ਅਫਸਰ ਆਇਆ ਸਾਰਾ ਕੁਝ ਹੋਊਗਾ ਲੇਕਿਨ ਭਾਈ ਥਾਰਾ ਹੀ ਵਿੱਚੋਂ ਕਿਸੇ ਨੇ ਚੋਰੀ ਕੀ ਵੇ ਕੇ ਇਹਨਾਂ ਦੇ ਤਮ ਦੋ ਹੀ ਹੈ ਉਹਨਾਂ ਦੇ ਚਾਬੀ ਵੀ ਤਾਰੇ ਕੋਲ ਹੈ ਤੇ ਤਮ ਕਿਸ ਤਰ੍ਹਾਂ ਇਹ ਗੱਲ ਕਹਿੰਦੇ ਚੋਰੀ ਹੋਈ ਹੈ ਤੇ ਬਾਹਰੋਂ ਹੋਈ ਹੈ ਤੇ ਵੇ ਤੋ ਇਹ ਹੁਣ ਦੂਜਾ ਪਤਲਾ ਹੋਣ ਵੇ ਦੋ ਦੂਜਾ ਪਤਲਾ ਹੋਣ ਉਹ ਸਿਪਾਹੀ ਜਿਹੜਾ ਚੋਰ ਦਾ ਉਹ ਹੋਇਆ ਕਿ ਉਸਨੂੰ ਹਾਜ਼ਮ ਸੀ ਉਹ ਮਿਲਟਰੀ ਵਾਲਾ ਲੱਗਿਆ ਉਸਨਾ ਮੌਲਵੀ ਸਤੀ ਸੁਣਨ ਕੀ ਗੱਲ ਹੈ ਉਹ ਜਣ ਮਰਚ ਲੱਗ ਗਈ ਉੱਠ ਗਏ ਇਹਨਾਂ ਪਕੜ ਕੇ ਇਹਨਾਂ ਲਿਆਓ ਹਰਮ ਜਾਦੋ ਖਲਬਿਲੀ ਪੈ ਗਈ ਬਹੁਤ ਸਾਰੀ ਚਾਰ ਚਮੇਰੀ ਹੈ ਇਨਾਮ ਸਦੇ ਹੋ ਇਮਾਮ ਨੇ ਕਿਹਾ ਮੁਨਕਰ ਨੂੰ ਕੁਰਾਨਾ ਵਾ ਯਾ ਉਹ ਹਿੰਦੂ ਗੱਲ ਕਰੇ ਜੀ ਬਾਬਾ ਜੀ ਉਹ ਫੌਜੀ ਰਿਟਾਇਰ ਹਾਂ ਹਮ ਸੁਣਾ ਜਿਸ ਵੇਲੇ ਉਹ ਕੁਰਾਨ ਪਾਕ ਕਰਨ ਦੇ ਵਾਸਤੇ ਮੁਨਕਰ ਤਿਆਰ ਹੋ ਜੀ ਬਾਬਾ ਜੀ ਤੇ ਮੌਲਵੀ ਨੇ ਉਸ ਨਾਲ ਕਿਹਾ ਕਿ ਤੂੰ ਕੁਰਾਨ ਪਾਕ ਕਰੇ ਆਖੇ ਜੀ ਕਰੋ ਸੱਚੋ ਜਿਸ ਜਿਹੜਾ ਦਾਅਵੇਦਾਰ ਤਾ ਉਸਨੂੰ ਪੁੱਛਿਆ ਤੂੰ ਕੁਰਾਨ ਪਾਕ ਕਰੇ ਜੀ ਉਸਨੇ ਕਿਹਾ ਮੇਰਾ ਜੋ ਐਬ ਨੀ ਹੁਣ ਕਿਸ ਤਰ੍ਹਾਂ ਦੇ ਨਾਲ ਕੁਰਾਨ ਪਾਕ ਨਾ ਹੱਥ ਵੀ ਲੈ ਕੇ ਅਲਫ ਕਰ ਜੀ ਅਖੀਰ ਉਹ ਜਿਹੜਾ ਬੇਗੁਨਾਹ ਥਾ ਉਸਨੂੰ ਵਿਸਾਲਿਓ ਇਸ ਨਾਲ ਕਿਹਾ ਕਿ ਤੂੰ ਉਤਖੜ ਦਸ ਕਦਮਪੁਰ ਕੁਰਾਨ ਪਾਕ ਹੱਥੋਂ ਪਕੜ ਔਰ ਯਾ ਗੱਲ ਕੋ ਕਿ ਜੋ ਕੁਰਾਨ ਪਾਕ ਹੈ ਜਿਹੜਾ ਇਸ ਗੱਲ ਕੋ ਅਦਬ ਕਰੂੰ ਕਿ ਮੈਂ ਇਸ ਤਰ੍ਹਾਂ ਦੀ ਕਾਈ ਚੋਰੀ ਨਹੀਂ ਪੰਜਾਬ ਤੋਂ ਬਕਰਾਲ ਹੈ ਹੋਰ ਲੋਕ ਹੈ ਜ਼ਮੀਨਦਾਰ ਹੈ ਹਿੰਦੂ ਹੈ ਮੁਸਲਮਾਨ ਹੈ ਸਭ ਦੇ ਸਾਹਮਣੇ ਹੀ ਗੱਲ ਹੈ ਠੀਕ ਠਾਕ
ਨੇ ਜੀਨਾ ਡਾਲ ਹੂੰ ਕਰੋ ਕਿ ਉਹ ਗਏ ਉਸਨੇ ਕੁਰਾਨ ਪਾ ਕੇ ਸਿਰਿਆ ਪਕੜ ਕੇ ਵਹੀ ਗੱਲ ਜਿਹੜਾ ਮੌਲਵੀ ਨੇ ਕਹੀ ਸੀ ਹਾਂ ਨਹੀਂ ਇਸਨੇ ਕਿਉਂ ਲਿਆ ਉਹ ਕੁਰਾਨ ਪਾ ਜੀ ਗਿਆ ਸਿਪਾਹੀ ਕੁਰਾਨ ਸ਼ਰੀਫ ਆਣੇ ਇਸਨੇ ਇੱਕ ਕੁਰਾਨ ਪਾਕ ਦੂਜਾ ਕੁਰਾਨ ਪਾਕ ਤੀਜਾ ਕੁਰਾਨ ਪਾਕ ਦੇਖ ਕੇ ਹਟਾਇਓ ਭਾਈ ਜਿਸ ਪਰ ਹੂੰ ਕੁਰਾਨ ਪਾਕ ਤਲਾਵਤ ਕਰੂੰ ਬੋਲਿਓ ਹੈਰਾਨ ਹੈ ਜਨਰਲ ਕਰਨਲ ਬ੍ਰਿਗੇਡੀਅਰ ਵਗੈਰਾ ਸਭ ਫੌਜ ਕੀ ਫੌਜ ਹੈਰਾਨ ਹੈ ਜਿਸ ਵੇਲੇ ਉਸਨੇ ਆਣੇ ਤੇ ਉਸਨੇ ਕੁਰਾਨ ਸ਼ਰੀਫ ਦੇਖੇ ਹਾਂ ਠੀਕ ਉਸਕਾ ਆਤਮਾ ਦਿੱਤਾ ਹੋ ਲਗੇ ਉਹ ਕੁਰਾਨ ਪਾਕ ਕੁਰਾਨ ਪਾਕ ਮੈਂ ਲਗੇ ਦਸ ਕਦਮ ਪੁਰ ਜਾ ਕੇ ਉਸਨੇ ਜੇ ਕੋਈ ਮੌਲਵੀ ਸਾਹਿਬ ਨੇ ਦੱਸਿਆ ਤਾਂ ਮੈਂ ਇਹੀ ਗੱਲ ਕਹੀ ਅਸਮਾਨ ਤੇ ਬਿਜਲੀ ਆਈ ਕੁਰਾਨ ਪਾਕ ਮੌਜੂਦ ਹੈ ਉਹ ਬਾਕੀ ਕੱਖ ਇਸ ਕੋ ਦਾ ਕੇ ਤੰਬੂ ਸ਼ਮੂ ਬਣੋ ਦੇ ਉੱਤਰ ਕੋਈ ਨਿਕਲ ਗਈ ਸਾਰਾ ਕੁਝ ਜੋ ਨਿਕਲ ਗਏ ਜਿਸ ਵਕਤ ਨਿਕਲ ਗਿਆ ਉਸ ਵਕਤ ਹਰ ਇੱਕ ਨੇ ਇੱਕ ਦੂਜਾ ਨੂੰ ਕਿਹਾ ਇਬਰਤ ਜਾਂ ਇਸ ਤਰ੍ਹਾਂ ਹੈ ਹਿੰਦੂ ਨੇ ਵੀ ਮੁਸਲਮਾਨ ਨੇ ਵੀ ਸਿੱਖ ਨੇ ਵੀ ਈਸਾਈ ਨੇ ਵੀ ਆਲਮ ਨੇ ਵੀ ਜੈਨ ਨੇ ਵੀ ਰਾਹ ਚਲਤਾ ਨੇ ਵੀ ਇਸ ਪਰ ਅਫਸੋਸ ਕੀ ਉਹ ਤੋਬਾ ਕੀ ਸਾਰਾ ਕੁਝ ਕੀ ਲੇਕਿਨ ਦੀਗਰ ਨੂੰ ਫਿਰ ਉਹ ਯਾਦ ਤੋਂ ਦਰਖਾਸਤ ਹੀ ਲਿਖੇ ਨੇ ਜਦ ਤੱਕ ਮੇਰੋ ਨੂੰ ਮਸਤੀ ਕਰੇ ਨੂੰ ਕਰੇ ਉਸਕਾ ਦਾਤ ਯਾਦ ਹੈ ਫਿਰ ਜਿਸ ਵਕਤ ਹਮ ਬੈਠਾ ਵਾ ਤਾ ਤੇ ਉਸ ਬੁੱਢਾ ਨੇ ਕਿਹਾ ਕਿ ਭਾਈ ਹਮ ਫੌਜ ਵਿੱਚ ਵੀ ਸੁਣਾ ਤਾ ਕਿ ਇੱਕ ਮੀਆਂ ਬਸ਼ੀਰ ਹੈ ਅੱਜ ਤੱਕ ਕੀ ਇਹਦਾ ਜੀ ਸਾਹਿਬ ਨੂੰ ਪੋਤਾ ਕਿਹੜਾ ਹੈ ਤੋਤਾ ਮਰ ਗਏ ਉਸੇ ਜਗ੍ਹਾ ਉੱਤੇ ਬੰਦ ਹੁਣ ਉਸ ਨਾਲ ਲੱਗਿਆ ਉੱਪਰ ਟਾਣੀਪੁਰ ਛਿੜਕ ਤੇ ਉਪਲੇ ਰਹੇ ਦੋ ਕਰ ਹਮ ਗੱਲ ਕਰਨ ਲਗਾ ਤੇ ਮੈਂ ਪੁੱਛਿਆ ਰਿਹਾ ਤਮ ਮੁਸਲਮਾਨ ਇਤਨਾ ਬੈਠਾ ਮੈਂ ਤੰਬੇ ਕੋਈ ਵਾਕਿਆ ਦੱਸੋ ਤੰਬੇ ਕੋਈ ਵਾਕਿਆ ਦੱਸੋ ਦੱਸਿਆ ਬਕਰੋਣਾ ਨੇ ਦੱਸਿਆ ਕੁਝ ਵਾਕਿਆ ਲੇਕਿਨ ਤੁਹਾਡੇ ਮਾਨ ਨੇ ਕਿਹਾ ਕਿ ਅਗਰ ਤਾਂ ਨਿਕਾਹ ਨਿਕਾਹ ਸੀ ਜੀ ਬਾਬਾ ਤੇ ਇੱਕ ਆਦਮੀ ਤਾਂ ਉਹ ਦਰਜੀ ਥੋ ਕੇ ਲੋਹਾਰ ਥੋ ਕਿਸੇ ਕਿਹੋ ਥੋ ਵੋ ਮੁਸਲਮਾਨ ਥੋ ਵੋ ਕਿਹੋ ਇਸ ਤੇ ਉਹ ਗੰਦਾ ਥੋ ਇਸਤਰੀਆ ਥੋ ਇਸਤਰੀਆ ਥੋ ਤੇ ਉਹ ਕਬਰ ਦੇ ਵਿੱਚ ਰੱਖਿਓ ਤੇ ਦਫਨ ਕਿਹੋ ਤੇ ਸਾਰਿਆਂ ਨੂੰ ਕਿਹਾ ਦੁਆ ਕਰੋ ਅੱਲਾ ਇਸ ਨਾਲ ਬਖਸ਼ਿਆ ਕਿਸੇ ਨੇ ਕਿਹਾ ਕੋਈ ਨੀ ਕੋਈ ਦੁਆ ਕਰੇ ਇਸ ਕੋ ਤੇ ਇਸ ਕਾ ਰੱਬ ਕੋ ਮਸਲੋ ਲਗੋ ਹੋ ਉਸਨੂੰ ਉਸਕੀ ਖੋ ਸਹੀ ਥੀ ਆਦਤ ਸਹੀ ਥੀ ਇਸ ਤੇ ਅਖੀਰ ਕੇ ਹਮਨੇ ਉਹ ਕਬਰ ਕੋ ਮੂੰਹ ਖੋਲਿਓ ਖੋਲ ਕੇ ਉਸਨੂੰ ਦੇਖਿਓ
ਇੱਕ ਸਿਆਹ ਸੱਪ ਆਇਆ ਚਤਰ ਪਤਾ ਨੀ ਚਾਰ ਗਜ਼ ਲੰਮਾ ਤੋ ਕਿਤਨਾ ਤੋ ਕੇ ਤਾਂ ਉਹ ਆਇਓ ਤੇ ਹੋਰ ਸੱਪ ਅੱਟ ਗਿਆ ਉਸਨੇ ਕਿਹਾ ਆ ਕੇ ਕਫਨ ਨਾ ਪਾੜਿਓ ਪਾੜ ਕੇ ਕਬਰ ਨਾਭੇ ਚੋਂ ਇਸ ਮੁਰਦਾ ਕੀ ਜੀਭ ਕੱਢੀ ਜੀਭ ਕੱਢ ਕੇ ਕੇ ਉਹ ਦੋ ਗਜ਼ ਕਬਰ ਤੇ ਦੂਰ ਲੈ ਜਾਏ ਜਿਸ ਵੇ ਮੁਰਦਾ ਕਬਰ ਕਾ ਨਾਲ ਉਸ ਜੀਭ ਕੇ ਨਾਲ ਨਿਕਲਣਾ ਵਾ ਆਵੇ ਉਹ ਛੋੜੇ ਕੇ ਤੇ ਜਿਸ ਤਰ੍ਹਾਂ ਉਸ ਇਲਾਕਾ ਵਿੱਚ ਤੋਪ ਚਲੇ ਇਸ ਤਰ੍ਹਾਂ ਡਸਕਾਰ ਹੋਵੇ ਤੇ ਉਹ ਉੱਥੇ ਤਰਿਆ ਸੜਿਓ ਕਿਹਾ ਹੋਏ ਉਹ ਕਿਸ ਤਰ੍ਹਾਂ ਅੰਬ ਬਿਮਾਰ ਹੋ ਗਿਆ ਅਮ ਨਠਾ ਅਮ ਨਾ ਇਸ ਤਰ੍ਹਾਂ ਮੁੜ ਕੇ ਆਇਆ ਮਰਮ ਬੜਾ ਨੇ ਮੈਨੂੰ ਸੁਣੀ ਗੱਲ ਖਤਮ ਪੜਾਇਆ ਜੇ ਕੋਈ ਕਹੀ ਉਸਨੇ ਉਸੇ ਵਾਰ ਤਫਤੀਤ ਭਾਈ ਸੁਲੇਮਾਨ ਨੇ ਲਿਆ ਜੀ ਬਾਬਾ ਜੀ ਇਸ ਤਰ੍ਹਾਂ ਹੋਰਨਾਂ ਨੇ ਵੀ ਕੀ ਹਾਂ ਬਾਈ ਹੋ ਇੱਕ ਵਾਰ ਤੇ ਫਿਰ ਤੁਮਨੇ ਇਬਰਤ ਆਈ ਇਸ ਸੁਲੇਮਾਨ ਨੇ ਕਿਹਾ ਜੀ ਇਬਰਤ ਆ ਤੀ ਤਾਂ ਹਮੇ ਇਸ ਵਸਤਾ ਇਬਰਤ ਆ ਤੀ ਹਮੇ ਇਸ ਵਸਤਾ ਹਮ ਬਗਲਾਨ ਜਗ੍ਹਾ ਤੇ ਆਇਆ ਸ਼ਾਮ ਆ ਗਈ ਜੀ ਜੀ ਬਾਬਾ ਜੀ ਇਸ ਸੁਲੇਮਾਨ ਕਾ ਘੋੜਾ ਤਾਂ ਮੇਰੀ ਸਵਾਰੀ ਵਿੱਚ ਜੀ ਬਾਬਾ ਜੀ ਉੱਠੇ ਨੀ ਤੇ ਲੀ ਗਿਆ ਉਸ ਅਮੀਰ ਹੁੰਦੇ ਜੀ ਤੇ ਉਸ ਘੋੜਾ ਕਾ ਉਪਰੋਂ ਚਾਦਰ ਚੜ ਗਈ ਜੀ ਬਾਬਾ ਜੀ ਕਾਠੀ ਪਰ ਬਨ ਚਾਦਰ ਚੜ ਗਈ ਹਮ ਨਮਾਜ਼ ਪੜਨ ਲਗਾ ਘੋੜੋ ਤੇ ਚਾਦਰ ਪਰ ਖਲ ਗਏ ਪੈਰ ਤਰ ਗਏ ਸੁਭਾਨ ਅੱਲਾਹ ਨੀ ਲੋ ਜੀ ਉਹ ਨਮਾਜ਼ ਪੜ੍ਹ ਕੇ ਰਿਹਾ ਤੇ ਉਸਨੇ ਯਾਕੂਬਾ ਨੂੰ ਕਿਹਾ ਯਾਕੂਬਾ ਚਾਦਰ ਝਾੜ ਕੇ ਤੇ ਖੜੋ ਜਾ ਕੇ ਚਾਦਰ ਚਾਹੋ ਜੇ ਘੋੜੋ ਆਵੇ ਚਾਦਰ ਇਸਨੇ ਚਾਦਰ ਪਕੜੀ ਘੋੜੋ ਪਿੱਛਾ ਹਟਿਆ ਇਸਨੇ ਚਾਦਰ ਚਾਈ ਘੋੜਾ ਨੇ ਛਾਲ ਮਾਰੀ ਮਾਰੇ ਕੋਲ ਆ ਰਹੀ ਮਾਰੇ ਕੋਲ ਆ ਰਹੀ ਬਾਬਾ ਹੁਣ ਚੜਿਆ ਉਸ ਘੋੜਾ ਕੇ ਪਰ ਹਮਨੇ ਜੀਆਂ ਜਾਣੋ ਤਲੇ ਗੱਡੀਆਂ ਤੱਕ ਕੇ ਕੁਝ ਉਸ ਪਾਸੇ ਹੋ ਗਿਆ ਜੀ ਐਵਾਨ ਵੀ ਹੂੰ ਘੋੜਾ ਦੇ ਨਾਲ ਆਉਣ ਦਾ ਨਿਕੋ ਤਾਂ ਜਿਸ ਬੈਠਾ ਉਤਨੀ ਦਾ ਦੀਗਰ ਨਾਲ ਜਿਸ ਵੇ ਵੰਗ ਤੇ ਲੈ ਉਸ ਵੇ ਲੱਖੀ ਘੋੜੀ ਆ ਕੇ ਮੇਰਾ ਪੈਰ ਚੱਟਣ ਲੱਗ ਪਿਆ ਲੱਖੀ ਘੋੜੀ ਆ ਕੇ ਮੇਰਾ ਪੈਰ ਚੱਟਣ ਲੱਗ ਪਿਆ ਤੂੰ ਜਿਸ ਵੇਲੇ ਉਸ ਪੈਰਾਂ ਨਾਲ ਚੱਟਣ ਤੇ ਉੱਥੇ ਜਾਗੂ ਤੇ ਬਾਹਰ ਮੇਰੇ ਅੰਦਰ ਸਰੋਲੀ ਵੱਟ ਕੇ ਤੇ ਅੱਗੇ ਤਰ ਲਿਆ ਮਸਜਿਦ ਕਹਿ ਕੇ ਘੋਟੋ ਤੋ ਚੜੇ ਫਿਰ ਨੋਲੀ ਵੱਡੇ ਤੋ ਤਲੇ ਦਊ ਆਪਣੇ ਹੋ ਜਾਏ ਹੂੰ ਆਪਣੇ ਹੋ ਜਾਊ ਬਈ ਤਮ ਖੁਦਾ ਕੇ ਵਾਸਤੇ ਦੱਸੋ ਕਿ ਮੈਸ ਤੇ ਤੁਹਾਡੇ ਦਾ ਰਿੰਗ ਹੈ ਜੇ ਵੀ ਕੱਢੇ ਤਾਂ ਮਾਸ ਵੀ ਚਟਾਵੇ ਲੂਣ ਵੀ ਚਟਾਵੇ ਗੁੜ ਵੀ ਕੁਆਲੇ ਲੇਕਿਨ ਅਗਰ ਤਾਂ ਮਿਲੇ ਨਾ ਤਾਂ ਵਾਦੋ ਦੇ
ਆਪਣੀ ਡਿਪਟੀ ਪਰ ਖੜੀ ਹੈ ਉੱਥੇ ਕਹੋ ਉਸਕੀ ਡਿਪਟੀ ਮੁੱਕ ਗਈ ਹੈ ਤੁਹਾਡੀ ਡਿਪਟੀ ਹੈ ਤੁਹਾਡੀ ਡਿਪਟੀ ਹੈ ਤੁਮ ਦੁੱਧ ਕੀ ਕੋਟ ਕੱਢੋ ਤੇ ਉਸਕੋ ਸ਼ੁਕਰ ਕਰੋ ਕਿ ਉਹ ਨੂਰ ਮਾਰੇ ਕੋਲ ਕੀਆਂ ਤੇ ਆਇਆ ਯੋ ਨੂਰ ਜਿਹੜਾ ਦੁੱਧ ਕੋ ਹੈ ਇਸਕੇ ਵੀ ਰਤਬ ਹੈ ਯੋ ਪਿਸ਼ਾਬ ਕਾ ਵਿਚੋਂ ਆਵੇ ਰਤੀਆਂ ਰਗਾਂ ਕਾ ਵਿਚੋਂ ਆਵੇ ਔਰ ਯੋ ਜ਼ਰਾ ਪਰ ਵੀ ਐਲੋ ਮੈਲੋ ਨਹੀਂ ਹੋ ਤੋ ਇਸਕੀ ਕਿਸੇ ਲਜ਼ਤ ਮੈਂ ਇਸਕੀ ਕਿਸੇ ਤਾਸੀਰ ਮੈਂ ਕੋਈ ਫਰਕ ਨਹੀਂ ਹੋ ਤੋ ਕਿਉਂਕਿ ਅੱਲਾਹ ਦੀ ਕੁਦਰਤ ਉਸਨੇ ਤੁਮਨੂੰ ਸਾਰਾ ਕੁਝ ਦਿੱਤਾ ਹੋਇਆ ਉਸਨੇ ਨਹੀਂ ਕਿਹਾ ਹਕੀਮ ਹਕਮ ਹਾਕਮੀਨ ਹੂੰ ਹਕਮ ਸਾਰਾ ਕਹਿੰਦਾ ਉਸਨੇ ਕਿਹ ਕੇ ਜੀ ਹੈ ਜੀ ਸਹੀ ਹੈ ਕਿਸਕੇ ਕਿਸ ਅਗੇ ਫਰਿਆਦੀ ਜਾਈਏ ਕਰੀਏ ਨਾ ਤੂੰ ਤੁਮਦਾ ਯਾ ਅੱਲਾ ਇੱਕ ਸ਼ਖਸ ਤੋ ਬਾਲਾਕੋਟ ਕੇ ਵਿੱਚ ਸੁਬਾ ਸੇ ਆਦਮ ਯੋ ਮਾਲ ਮੁਕਦਮ ਬੜੋ ਆਦਮੀ ਹਿੰਦੂ ਮੁਸਲਮਾਨ ਉਸਕੀ ਇੱਜ਼ਤ ਕਰੋ ਤੋ ਬੜੋ ਮੁਕਦਮ ਤੋ ਬੜੋ ਕੜ ਪੈ ਜੀ ਬਾਬਾ ਜੀ ਆਪਣਾ ਇਲਾਕਾ ਅੰਗਰੇਜ਼ ਵੀ ਉਸਕੀ ਤਾਜ਼ੀਮ ਕਰੇ ਕੋਈ ਖਤਰੀ ਆਇਆ ਉਸਨੇ ਕਹੀ ਲੈਣਾ ਜੀ ਬਾਬਾ ਜੀ ਉਹ ਗਏ ਅੰਦਰ ਉਸਨੇ ਮਹਿਰੀ ਨੱਗੇ ਹੋ ਕਿਉਂ ਕਹੀ ਵਾਸਤੇ ਆਇਆ ਉਸਨੇ ਕਿਉਂ ਲਈਦਾ ਜੀ ਯੋ ਖਤਰੀ ਕਹੀ ਲੈਣ ਲਗੋ ਤੇ ਇਸਨੇ ਉਸ ਮਾਈ ਕੇ ਨਾਲ ਕੋਈ ਮਖੌਲ ਕੀ ਜਿਸ ਵਕਤ ਕੋਈ ਮਖੌਲ ਕੀ ਉਸੇ ਦਰਿਆ ਛੋੜਿਓ ਵਾਪਿਸ ਆਈ ਉਸਨੇ ਖਾਵਨ ਨੂੰ ਬੁਲਾ ਕੇ ਕਿਹਾ ਇਸ ਜਣਾ ਨੇ ਮੇਰੇ ਨਾਲ ਇਹ ਮਖੌਲ ਕੀ ਇਸ ਜਣਾ ਨੇ ਮੇਰੇ ਨਾਲ ਹੀ ਉਹ ਮਖੌਲ ਕੀ ਉਸਨੇ ਭੁੱਖਾ ਤੁਰੀ ਮਾਰ ਛੁੱਟੇ ਨਾਲੀ ਬਣਾ ਤਾਂ ਬਣਾ ਪਰਲੀ ਬਕੀਆ ਗੁਸੰਦ ਬੁਆ ਗੁਸੰਦ ਦੇ ਨਸ ਕੇ ਜਿਸ ਵੇਲੇ ਪੁਲਿਸ ਵਗੈਰਾ ਕੋਈ ਨਹੀਂ ਹੋਤੀ ਤਾਕੀਕਾਤ ਨਹੀਂ ਹੋਤੀ ਉਸ ਵੇਲੇ ਮਾਲ ਮੁਕਦਮ ਘੋਟਾ ਮਾਰ ਜਿਸ ਵੇਲੇ ਉਹ ਕੋਠਾ ਮਾਰ ਸੀ ਆਈ ਡੀ ਲੱਗੇ ਪਿਛਾ ਤੇ ਪੁਲਿਸ ਆਵੇ ਹੋਰ ਆਵੇ ਜੇ ਕੁਝ ਮਾਲ ਮੁਕਦਮ 6 ਸਾਲ ਜੀ ਬਾਬਾ 512 ਦਾ ਵਾਰੰਟ ਹੋਇਆ ਇਨਾਮ ਰੱਖੇ ਅੰਗਰੇਜ਼ ਨੇ ਵੈਸਰਾ ਨੇ ਇਸ ਨਾਲ ਪਕੜਨ ਵਾਲਾ ਨੇ ਇਤਨਾ ਇਨਾਮ ਦਿੱਤਾ ਜਾਏ ਕੋਈ ਇਸ ਤਰ੍ਹਾਂ ਹੋਵੇ ਕੋਈ ਵਿਸਾਖ ਕਾ ਦਿਨ ਥਾ ਤੇ ਨਿਕੋ ਨਿਕੋ ਬਦਲ ਲਗੋ ਤੇ ਖੁਰਲੀ ਕੇ ਵਿੱਚ ਫੌਰੀ ਤੌਰ ਪਰ ਬਸਣ ਛਪਣ ਵਾਸਤੇ ਮਾਲ ਮੁਕਦਮ ਕੇ ਇੱਕ ਰਤੀ ਜਿਹੀ ਮਹਿਲ ਸੀ ਮੈਂ ਦੀਨਾ ਤੋ ਜੀ ਉਸਕੇ ਖੁਰਲੀ ਕੇ ਕੋਲ ਜਾ ਬਣਾਈ ਵਿੱਚ ਜੀ ਬਾਬਾ ਜੀ ਤੇ ਬਾਅਦ 7-8 ਸਾਲਾਂ ਗਈ ਫੰਡ ਜੀ ਯੋ ਕੋਈ ਖਤਰਾ ਨਹੀਂ ਤਾਂ ਵੈ ਤੋ ਉਤਰੇ ਤੋ ਖਤਰਾ ਹੋਵੇ ਤੋ ਤੂੰ ਕਿਤਾ ਤੇ ਨਿਕਲ ਕੇ ਉਹ ਕਿਤਾ ਖਾਉ ਵਾਲਾ ਕਾ ਖੈਰ ਮੈਂ ਉਹ ਕੋਈ ਜਾਏ ਨਹੀਂ
آخر بود نکا نکا بدل لگا ہوا تے یو مال مقدم ہے جڑا یو اللہ تھا نہ بیت اللہ بیت اللہ نہ تھا ان جانا ہوا چیتیاں ہوا جی بیت اللہ بیت اللہ کا کو یو مال مقدم کو جمعی تھا رازدار تھا اس بیت اللہ کا کہنے اس کو کہنا ہے بے مارا تو کوٹھا پر بے تریڈ جائیں تو مہن نے ایک شب اتا دیا یا کل کی گل ہے مہن نے ایک شب اتا دیا جی بابا جی اس نے دیکھا تھے بڑی نورانی شکل کو آدمی بڑی بزرگانہ صورت ہے الیک سلیک تے بات کیا ہوں مال مکن کو تھے اگر جی وہ علاقہ دہر میں ہے پرلے پاس ہی سلیک جی بابا جی آخرتی میں ایسے جڑی اس سے تلے آگے کون بیٹھا تھے حیران رہ گئے اس نے جا کہتا ہے مال مقدم نہ کیا مال مقدم اٹھے اس کے نال نکلے جس وقت نکل آئے ہو مال مقدم نے ملے ہوتے بابا جی صاحب رحمت اللہ علیہ کہیں شریف اللہ ملے مل کے تو یو کوٹھا کے پر ان کے نال نال پھرے تو وہ اس طرح بڑی پھر پھرے یو حیران ہے کہ یو آدمی صاحب عظمت کون ہے پوچھے کہ حال ہے تھارو کہ اس نے یقین ہو گیا کہ یوں میرا جاسوس نہیں جی بابا تو اس نے کہا حضرت تم روزہ ہیں تو کیا کریں گا کیا کھائیں گا کس طرح اکھے ہوں جڑی رتی میں ایسا ہے اس کو تو تم کئی کی روٹی دیں گا سبحان اللہ اگر ست اٹھ سال کی ہے تو واقع پور نہیں ہوتی چھنڈ آخ آج کر سا کوشش گل کریں پنجابی بھی پہاڑی بھی مال مقدم لے جائے اندر نماز پڑھیں بیسیں جے کچھ کریں اس سے بعد وہ تو محس کے گئے لے کے ڈوڑو تو نہیں تو وہ ایک بہت بڑی کوری دودھ کی پری بھی تو پتہ دے لینے لگی دودھ کی تار لگی روٹی کھا دی ساروں نے اس دودھ کی لذت بھی اور تھی ساروں کچھ تو میرے کول ٹیپ ریکارڈ ہیں ان کا ان کا منہ کا کرایا ہوا جی بابا تم نے کدی میں نے کیا ہوتا سر یہ سنا تیرا باپ نے سنے جس وقت یہ گل ہوئی رات ریا صبح دیں گے رسما کے نال عام عالم قدم کو رخصت کر مال مقدم اٹھے ہو اسے دامن جت ملیا تھا اتایا اتا کے کہو میں نظام الدین اولیاء کہیں
عام طور پہ مو کو بابا جی صاحب کہیں تھے ہی بات سبحان اللہ تو میں بلکہ انعام میں رکھیا تھا حکومت سے السلام علیکم ہاں یہ تو فارغ ہوئے تو کہیں آئے غیب ہو گیا مشہور ہوا ملزم قاتل تھا بھی سبحان اللہ مال مقدم کھڑو ہے تھانوں چار چپیری ہو گئے بندوق ہیں اس مقتول کا وارث بھی ہیں اس کا سنگھی بھی پہنچایا ہے دیکھو جائے مال مقدم تھانہ کو تھاندار کوئی تھا مسلمان جی بابا جی اس نے کہا بھائی پہلے فائل آنو کہو منتی گئے ہو کون گئے ہو فائل آنی فائل کے بھی لکھے ہوئے مال مقدم نے 7000 روپیہ انعام دیو پسٹول دیو دو سپاہی اس کے نال رہے ہیں اس پر کوئی پیش کرامت اور تھاری آڑی بے کھڑی کے کول پر روتے جی بابا جی میرا خیال کے نال انہوں کے کول آج بھی وہ پسٹول ہے میرا خیال نال بالکل تو مسلمانوں نے ہر کر لیا مونڈا برتا لیا اس نے کہا بھائی ہوں تو تم ایک ہی رنگ کا مسلمان ہوں اور لڑا انہیں جم دلی کا باپ کو کہنا تو بیت اللہ اور بیت اللہ اے جی بابا کہوں کہیں شریف تلی ہوں ہوں کہیں شریف تلی ہوں اوت پہنچی ہوگی سبحان اللہ بلا کوٹ تھے کہیں شریف گیا حضرت بابا جی صاحب سینوں لا کے ملیا مل کے کہ بیت لیا اسی وقت کشمیر چھوڑ دو تھوڑی سفارش ڈاڑی ہے سبحان اللہ بیت اللہ کا کہو تم آئے ہو کہیں شریف تھے وانگت ونگ تے بیت ہویا تو اتے تھرا گمان نال پر اتے پتہ نہیں چار پوچھ کے قبر ہیں ترے کی ہیں کتنا بھی ہیں ترے کون ہیں یہ ہمارا کون ہیں جدید گل ਪਤਾ ਨਹੀਂ ਮੈਂ ਕਹਾਂ ਤੇ ਇਹ ਗੱਲ ਆਈ ਦੀ ਨਮਾਜ਼ ਦੇ ਬਾਬਾ ਜੀ ਦੇ ਕੁਰਾਨ ਪਾਕ ਦੇ ਕੁਰਾਨ ਪਾਕ ਤੇ ਤੁਹਾਨੂੰ ਕੁਰਾਨ ਪਾਕ ਤੇ ਕਿ ਕੁਰਾਨ ਪਾਕ ਉਸਨੇ ਜਿਹੜਾ ਝੂਠੋ ਕੀ ਤੇ ਉਸ ਦੀ ਸਜ਼ਾ ਮਿਲੀ ਪੜ੍ਹਨ ਤੇ ਬਗੈਰ ਔਰ ਪੜ੍ਹਿਆ ਵਾ ਕੁਰਾਨ ਪਾਕ ਕੋ ਹਲਫ ਦਿੱਤਾ ਤੇ ਅਰਸਮਾਨ ਤੇ ਬਿਜਲੀ ਆਈ ਇਹ ਮੁਸਲਮਾਨ ਕੀ ਕਰੇ کو کہنا ہے وہ بیت اللہ کہہ کہہ پیچھے ہوتے تھا نا وہ موٹا جو ایک جس کی تھی کو تنا دو تو جی تیرا باپ بھی میرے نال تھا ان کا بھی تھا یاد جمدلی جمدلی جو جمدلی بات ہے نا جمدلی یہ نہ بیچوں گا یہ نہ بیچوں گا وہ ایک اور تو آ رہا ہے وہ پیچھے میں مارے ابھی تو خیری مت ہو نہ خیری
उसका उस पूत को ना उनके बेटी को कि कोई कोई यूसुफ यूसुफ भी दो पीछे खड़ी है ना खड़ी का कोला दे अस्त्र शेड को मोड़ है वो मुद्रेश ये ना उसको बढ़ा को ये मत तू जो बैठो शेड का गाना वो तो नहीं वो दरवेश ही था मत तू जा किसे वो बड़ी दाढ़ी रखी हुई वो वो जो आने शेड का नाले बनाया हुआ था वो खत्म हो सड़ गए मस्जिद भी थे वो कुछ कर रहा था वो वो थोए ना था बरों को जी बाबा जी वो मारे हो तो मेरी बेटी को पकड़ के बाले कई बार थी है ना जमदलिया नहीं कई कुछ बाबा साहब बेकार है उसकी गल सुन पा रहे हो और मैंने कहा बुढ़ा चल ऊपर से मस्जिद पे बाबा वो फरियाद बात है तो दम पे मेरा को वजील है जी बाबा जी मैं वो सुनते वो जना की सही जनानी बात है कि तो मैं बजीर ने कह कूं कि कह कहेंगा कैसे तम बात एक तारी बात है ना खान मुलांगी बहु अब्दुल रहीम की जनानी जी यस या ठेणी हैं ठेणी 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 उसे तो अरे एक का बैठ के हमने पकड़ गानी थी हाड़ी थे जी बाबा जी मैंने याद नहीं वाकड़ी थी वा इनकी थी रे वो वाले वा मैं भी ये मैं भी पिछली जो गाड़ी थी मैं भी ना बाबा जी हैं मैं भी है तो जी जी मैं भी ना लक भी तोड़ी उसको मार भी थानेदार चंप वगैरह दूधा तीधा मोहम्मद सदीक तो अफसर चौकी ये सारा रलिया हुआ उन्होंने तो मैंने कह आप सौ का वारंट लाओ जी बाबा जी वारंट आने हो तो देखें ये नहीं है ये तो यो अब्दुल रहीम रहमी यो के खुदा बख्शे उसमें चंगो इंसान जी वाले रहीम यो फिर सब तम बैठा हुआ अपना कोठा पर जी बाबा जी बिल्कुल उसको फिर लक भी तोड़ छो मार के तमने ना वो बैठकी मैं भी को लक ही तोड़ छो तो मार गए फिर बैठ मार के उसको लक ही तोड़ छोड़े फिर उठ सकी बा उसे तो हुई ना हूं आया तो मेरे था रोता कोट जी बाबा जी वो तो छिड़ दिया था को मैंने चिट दी थी तहसीलदार की जी बाबा जी के मोहम्मद मीन डंडो वजीर वजारत जी कल 9 बजे कंगन वेगोल दे आजा उतार दे तो जी बाबा जी उठा ना इस्लामाबाद पे आया वो जी उस पर दफ्तर हूँ तो मिंदा इस्लामाबाद में था तो वो मीन डंडो था बड़ो खराट तो रात जाके अकरम साहब यो सरदार मामान या ग्रुप सारो इंग को ये कोठी दार वगैरह बेग साहब को पहुंचे बेग साहब तो रेवेन्यू मजिस्ट्रेट जी हम बशीर ने लौट लिया तो मारी प्रेम लौट नहीं थे मारो नू पड़े बेग साहब तो पड़ो दूर रहते इंसान उसने क्यों अच्छा वो पीर भी बनता है जलदार भी बनता है और ये बदमाशी भी करता है जनाब कहाँ को कोजे धूड़ कट जुड़ी मारी बेटी से हूँ आया तो बाहर अगे कोई भी नहीं जी बाबा जी ठंड जी तो कोड़ो खड़ा गया जी खुदा मामन का दुकान गए गए ऊपर चढ़े उसके उसने क्यों ये क्या तूफान यहाँ मचा हुआ है मैं क्यों ये तो एक पार्टी है वो कहती है हम
मियां बशीर के लिए मरेंगे, एक पार्टी कहती है मियां बशीर को मारेंगे। मैं कितने रुके से आले मेरे बेचारे का क्या है, मैं तो रस्ते का गांव हूँ। वो लगो इस तरह कर इतना मेरा घोड़ा के कोल गली ने आके हारन दिता, टुंडो आप चलावे। जी बाबा जी, अमीन टुंडो आप चलावे गड्डी। ये बैठा मैं मस्कीने भी ना मस्कीने नहीं, ये बैठा मैं ये जड़ा मेरे खिलाफ है, जीप मौकी थे थानेदार भी वगैरह सब टुंडा की या मर्जी है कि इसमें बदनो है करनो है, इसमें गोली लानी है नू करना। कुमाल माने का एक पटवारी जी बाबा जी, वो रह था ऊपर रहीम राठौर था वानी तहसीलदार भी तो जी बाबा जी कोई चढ़ा जी बाबा जी तो उस पिंजर जी अच्छा भाई को वो उसके ने रखे वो के इस तर 1500 खार मजबूत हो बाकी है तालिबान जी जी अच्छा उन्होंने मेरे पर वो पकाया हुआ खूब गया तो तू सरांदारा गए गलत जी बाबा जी आज उन्होंने उतनी गलो सरां थी तो उस सरां के बे गलो पर रहे था जी मजबूता वगैरह उसने रंगील सिंह तो थानदार जी बाबा जी थानदार ने क्या बशीर यू है वो इनकी मर्जी से इस नाल जे कोई तो हम कहेंगे हमने लड़की भी खर्च दी थी तो नूंग कर छुड़ गई तो उसकी चांदी उतरेगी जी उसने क्या हो गया तुम्हारा क्या नाम है मत मेरा नाम भी शेर है तुम उस मियां निजाम का क्या लगता है हाँ तुम उसको लड़को हम दिखाएगा तुम कानून किस चीज का ना देखो आपको कौन रोकता है कानून ना दिखाए कुमाल भाई ने बहुत डांच बात किताब जी को डी बहुत मजोदा की क्यों मजबूता वसूल नहीं होता किस तरह हो गया 1500 खार इस तरह बाकी है तो उसने इस रहीम राजन की बहन डंडी थी बस हमी हुई थी उठ के मेरे तो देख के क्या ओ ये क्या है क्यों साहब आप वजीर वजारत है जो भी बात कर रही है तहजीब से करें आपको हर सवाल का जवाब मिलेगा हाँ बताओ मैं क्या वहां रोजाना 200 खरवार खर्च है लंगर है लंगर शरीफ आप रोजाना 200 खरवार लंगर का आटा इस्तेमाल करें मैं 1500 खरवार अभी देता हूँ कैसा लग रहे रसूल ने कहा ना हाज तो मशक मगरब मखलूक का होता हूँ मैं यहाँ का नंबरदार हूँ वहां कई सौ खरवार गला खर्च होता है गरीब आते हैं मस्कीन आते हैं भूखे आते हैं मेरे जैसे आदमी आते हैं रोटी खाते तुम क्या है मैं यहां का नंबरदार हूं
میری طرف کوئی بکایا نہیں سچ بولنے سے آپ کو کیوں غصہ آ گیا پاسو پلٹ گیا پلٹ گیا تو وہ گل اتر رہ گئی اس نے امین ڈنڈانی کہو کہ یہ مسکینہ کون ہے یہ اس کو کہنا تو رہے ملکیو یہ ملکیا کون ہے یہ فلانا کون ہے یہ لڑکی کون ہے تھندار نے دسیا کاغذ مہیو اترنگیل سنگھ نے اتنا میں کسی نے تھارا چکیا ہو گیا جناب یہ تو ایک ہوں ٹیکسی میں گئے ہیں جی پولیس آ گئی جی بابا جی یہ بچھت پیا اس جیپ کے اوپر تو مر گون جا پکڑے مسکین نے وشت کی نہیں تمہارا کیا نام ہے جناب مسکین تم نے تو مشیر محل کے پاس گئے تھے کہ جناب ہم گئے تو ہمیں اس زیلدار نے لوٹ لیا اس میں سنگیل سنگھ لگی ہے سما روت کڑی کاغذ جیتا نا تارا جی جناب ہوں بھی اس جیپ میں وہ بھی اس جیپ میں ہم جا پہنچے مولوی چوپان کی مسی جی بابا جی تم پائی فروزہ کا جی بابا جی اوپر بیٹھا ہوا تھا اپنا مکان اگے جی بابا جی پھر آپ تم نے میرے در شرط کی بیٹ کی بات چلا لگی ہوئی پکڑا گی نا میں امین نہ پوچھی ہو جی تو اس نے کہا خدا را اللہ کے واسطے میاں صاحب اس کو پکڑو یہ تو اصل سارا کچھ سامنے آئے گا جی میں اندر پلو مارے تھے انہوں نے پکڑی بدھی ہوئی کپڑا شپڑا لایا ہوا مردہ نہ رتو پٹکا بدھے وہ آن کھلائی ٹنڈا جی ہاتھ میں کو پتا نہیں کیا گلتی مارنے کا اس نے کہا تمہارا کیا نام ہے نام میرا نام ملک جان ہے تم کس کی بیوی ہے کون تو تیار ہے نہیں مسکینی ہوں بھتیجا تو ایوب 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 جو وہ تھا گولی نام مسکینی ہوں بھتیجا ایوب وہ اس ٹنڈا ہاتھ نہ مارنے لگا اس بیت دے گی میں کہ ٹھہر جا ہوں پوچھو جی ہاں آپ پوچھے میں وہاں پکڑ کے بال دے تو کہنے لگی بشیر تھا نہ اللہ کو واسطہ میں نہ ماریے نہ میں پھیری پھیر کے استریا کر کے سٹی پرے لگی جا گئی وہ جا کے اس کا سر پر چڑھ گیا اس نے کہا دس تو کس کی سے نہیں ہے کہ ہوں عبد الرحیم لینا کی ایوب باغی بس پھر سارا نقشہ ہے جو تبدیل ہو گیا تبدیل ہو گیا پھر وہ کہہ دو ہے پتہ نہیں دو مہینے کتنا کہ کچھ وہ باہر کہ وہ باہر پاس ہوئے جو اس نے مکمل طور پر سچ کو ساتھ دیتا پھر سچ کا ساتھ کے بیچ تیرا باپ بھی چپ ہو گئے ہو سائیاں نمبردار بھی چپ ہو گئے ہو پیر منور شاہ بھی چپ ہو گئے ہو اور ملا داؤد اس کی بیوی مکھنی بہن یہ سب چپ ہو گیا یہ آنے قرآن شریف آن کے تو میرے گئے رکھے نہیں یا بیٹ کی عبد الرحمان نہ کراؤ
ਇਹਨਾਂ ਨਾਲ ਅੱਗੇ ਆਉਣ ਦੀ ਹੋਈ ਫਿਰ ਜੋ ਚਾਰ ਹੈ ਪਿਛੰਗਰ ਉਹ ਪਾਈ ਉਹ ਲੇਪ ਪਿਛੰਗਰ ਤੈਨੂੰ ਦਰਦੀ ਬਣਾਊ ਵਾਲੇਕੁਮ ਅਸਲਾਮ ਅਸਲਾਮ ਵਾਲੇਕੁਮ ਬਸ ਬਾਦੂ ਅੱਗੇ ਨਹੀਂ ਹੁੰਦਾ ਆਪ ਬਹੁਤ ਬਸ ਜਨਾਬ